पे अपनी गांड मरा, ऑल पे अपनी गांड मरा, बहुत सारे पे कौन कौन चूतिया ऑल ऑल पे ऑल 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 पे मैंने जा रहा चूतिया है Head toward this point. ਭਾਈ ਬੋਲਦੇ ਨੀ ਇਹ, ਆਪਾਂ ਤਾਂ ਅਸੀਂ ਤਾਂ ਬੋਲੀ ਜਾਂਦੇ ਹਾਂ। ਹੁਣ ਕੀ ਕਰਨਾ, ਇਕੱਠੇ ਰਹਿਣਾ, ਗੱਲ ਮਾੜਾ ਜਿਹਾ ਬੰਦੇ ਦੇਖੋ, ਜੇ ਬੰਦੇ ਆਏ ਬਾਅਦ ਚ ਗੁਰੀ ਨੂੰ ਫਿਰ ਏਦਾਂ ਨਾ ਜੀ ਨਾਰਾਜ਼ ਨੀ ਕਰ ਸਕਦੇ ਆਪਾਂ। ਯਾਰ ਉਹ ਪਾਣੀ ਵਾਲੇ ਇਵੈਂਟ ਤੇ ਜਾਇਆ ਕਰੋ, ਸਾਰੇ ਬੰਦੇ ਉੱਥੇ ਜਾਂਦੇ, ਆਪਾਂ ਇੱਥੇ ਉੱਤਰ ਜਾਈਦਾ ਨੂਬੜਿਆਂ ਨੂੰ। ਆਪਣੀ ਟੀਮ ਨੂੰ ਆਪਣੇ ਆਪ ਤੇ ਮਾਣ ਹੀ ਹੈ ਨੀ ਯਾਰ, ਜੋ ਮਾੜੀ ਗੱਲ ਆ ਜੀ। ਦੂਜਾ ਕਿਹੜਾ ਵਾ? ਇੱਕ ਤਾਂ ਮੈਂ ਕਰਤਾ ਬਾਈ, ਹੁਣ ਕੁੱਲੂ ਆ ਅਮੋਲ। ਹੁਣ ਗਰੋਜਾ ਦੇ ਯਾਰ ਮੈਨੂੰ, ਪਹਿਲਾਂ ਵੀ ਦੇ ਲਾ ਲੁੱਟ ਕੇ ਯਾਰ ਅਮੋਲ। ਆ ਲੋ ਲੈ ਲੋ, ਇੱਕ ਇੱਕ ਵਾਰ ਲੈ ਲਿਆ ਕਰੋ ਸਾਰੇ ਜਾਣੇ। ਮੇਰੀ ਡੀਬੀ ਪਈ ਹੈ ਇੱਥੇ। ਅਮੋਲ ਭਾਈ ਤੂੰ ਕੈਨੇਡਾ ਰਹਿ ਨਾ, ਅਸੀਂ ਰਹਿੰਦੇ ਆ ਭਾਈ ਇੰਡੀਆ। ਆਏ ਨਾ ਬਸ, ਹੋਰ 10-20 ਦਿਨਾਂ ਦੀ ਗੱਲ ਆ, ਇੰਡੀਆ ਹੀ ਆਏ ਨਾ ਮੈਂ ਵੀ। ਕਾਹਦੇ ਇੱਥੇ ਕਿਹੜਾ ਜੀ ਕੋਈ ਫਾਇਦਾ, ਆਪਾਂ ਵਿਹਲੇ ਬੈਠੇ ਆ, ਵਿਹਲੇ ਤਾਂ ਫਿਰ ਇੰਡੀਆ ਵੀ ਬੈਠੇ ਸੀਗੇ। ਉਹ ਫਿਰ ਤੂੰ ਹੌਲੀ ਹੌਲੀ ਲੱਭ ਕੋਈ ਸੱਪ ਯਾਰ, ਹੱਦ ਹੋ ਗਈ। ਨਾ ਜੀ ਏਦਾਂ ਨੀ ਨਾ, ਏਦਾਂ ਕੰਮ ਔਖਾ ਵਾ। ਜਦੋਂ ਇੱਥੇ ਮਾੜੇ ਜਿਹੇ ਹਾਲਾਤ ਇੱਥੋਂ ਦੇ ਠੀਕ ਹੋਣਗੇ ਨਾ, ਉਦੋਂ ਆਵਾਂਗੇ। ਇੱਥੇ ਇੱਥੇ ਰਹਿਣ ਨੂੰ ਜਾਂ ਵਰਕ ਪਰਮਿਟ ਚਾਹੀਦਾ ਵਾ, ਤੇ ਜਾਂ ਵੀ ਆਪਾਂ ਨੂੰ ਕੁਝ ਨਾ ਕੁਝ ਏਦਾਂ ਦਾ ਕਰਨਾ ਪੈਣਾ ਵਾ।
ਉਹ ਫਿਰ ਨਹੀਂ ਹੁਣ ਨਹੀਂ ਲਵੋ ਮੇਰੀ ਗੱਲ ਸੁਣਨਾ। ਜੇ ਆਪਾਂ ਕੋਈ ਸਾਡੇ ਵਕੀਲ ਵੀ ਨਾਲ ਕਰਦੇ ਆ ਨਾ ਮੈਂ ਜੀ। ਇੱਕ ਵਕੀਲ ਗਿਆ ਸੀ, ਸੁਣ ਤਾਂ ਲੈ, ਇੱਕ ਵਕੀਲ ਗਿਆ ਸੀ ਸਾਡੇ ਨਾਲ ਦਾ। ਹਾਂਜੀ ਜਦੋਂ ਗਿਆ ਸੀਗਾ ਮੈਂ ਤੈਨੂੰ ਦੱਸਦਾ ਯਾਰ, ਇੱਧਰੋਂ ਮੈਨੂੰ ਖੋਲੋ ਯਾਰ, ਦੂਏ ਪਾਸੇ ਕਿੱਥੇ ਆ ਹੁਣ, ਜੇ ਮੈਂ ਬਾਹਰ ਗਿਆ ਤਾਂ ਪੰਗਾ ਯਾਰ। ਹਾਂਜੀ ਹਾਂਜੀ ਕਿਵੇਂ ਭਾਈ? ਉਹ ਹਾਂ ਹਾਂ ਰੈਡੀ ਸੁਣ ਲਾ, ਹੈ ਨੰਬਰ ਬੋਲ। ਹਾਂਜੀ ਹਾਂਜੀ ਦੱਸੋ ਯਾਰ, ਮੈਨੂੰ ਖੋਲਿਓ ਯਾਰ, ਪਹਿਲਾਂ ਖੋਲੋ ਯਾਰ, ਮੈਂ ਤਾਂ ਦੂਰ ਗੱਲ ਤਾਂ ਦੱਸੋ, ਖੋਲ ਦਿੰਦਾ। ਖੋਲਿਓ ਮੈਨੂੰ ਤੇ ਜਦ ਵਕੀਲ ਗਿਆ ਸੀਗਾ ਉਹ ਭਾਈ ਬੇਹੰਦ ਗਰੀਬ ਘਰ ਦਾ, ਯਾਨੀ ਕਿ ਵੀ ਇੰਨਾ ਅਮੀਰ ਨੀ ਸੀ, ਉਹਨੂੰ ਧੱਕੇ ਨਾਲ ਜਾ ਕੇ ਉੱਥੇ ਨਾ ਵਕੀਲ ਕਰਕੇ ਜਿਹੜਾ ਉਹ ਹਾਂਜੀ ਉੱਥੇ ਲੈਣੀ ਹੁੰਦੀ ਵੀ ਮੈਨੂੰ ਇੰਡੀਆ 'ਚ ਖਾਤਰ ਹੈ। ਇੰਨਾ ਵਧੀਆ ਸੈੱਟ ਹੈ, ਉਹਨੇ ਕੰਮ ਵੀ ਮਿਲ ਗਿਆ ਵੀ ਮੈਨੂੰ ਵਰਕ ਪਰਮਿਟ ਦੇ ਕੇ PR ਦਿੱਤੀ ਆ ਵੀ ਮੈਨੂੰ ਇੰਡੀਆ 'ਚ ਖਾਤਰ ਹੈ। ਹਾਂਜੀ ਹਾਂਜੀ ਹੁਣ ਜਿਹੜੇ ਆ, ਹੁਣ ਸਰਕਾਰ ਅਸਾਈਲਮ ਅਕਸੈਪਟ ਨਹੀਂ ਕਰਦੀ। ਜੇ ਆਪਾਂ ਅਸਾਈਲਮ ਲਾਤਾ ਨਾ, ਉਹਨਾਂ ਨੇ ਮਨਜ਼ੂਰ ਨਹੀਂ ਕਰਨਾ ਗਾ, ਕਿਉਂਕਿ ਆਪਣਾ ਕਿਹੜਾ ਵੀ ਅਸਲੀ ਆ। ਉਹਨਾਂ ਨੇ ਆਪਾਂ ਨੂੰ ਸਟੇ ਦੇ ਦੇਣਾ ਇੱਥੇ, ਬਸ ਸਾਲ 2 ਸਾਲ ਦਾ, 2 ਸਾਲਾਂ ਬਾਅਦ ਉਹਨਾਂ ਨੇ ਕਹਿਣਾ ਆਪਦਾ ਚੱਕੋ ਟਿੰਡ ਪੋੜੀ ਤੇ ਇੰਡੀਆ ਨੂੰ ਚੱਲੋ। ਇਹੀ ਹਾਲ ਅਮਰੀਕਾ ਵਾ। ਜੇ ਮੈਂ ਅਮਰੀਕਾ ਲੰਘ ਗਿਆ ਨਾ ਜੀ ਇੱਥੋਂ, 2 ਨੰਬਰ 'ਚ ਡੋਂਕੀ ਲਾ ਗਏ ਤੇ ਪੰਗਾ ਮੈਨੂੰ ਫੇਰ ਉਹੀ ਰਹੂਗਾ। ਹੈਂ ਉਹ ਯਾਰ ਗੱਲ ਇਹ ਆ ਵੀ ਅੱਗੇ ਦਾ ਸਕੋਪ ਹੈ ਨੀ ਗਾ ਕੈਨੇਡਾ ਸਰਕਾਰ ਦਾ ਤੇ ਅਮਰੀਕਾ ਸਰਕਾਰ ਦਾ। ਇੱਕ ਸਮਝੌਤਾ ਹੋਇਆ ਵਾ ਵੀ ਇਹਨਾਂ ਦਾ ਸਮਝੌਤਾ ਹੋਇਆ ਵਾ ਵੀ ਜੇ ਇਧਰੋਂ ਕੋਈ ਜਾਂ ਉਧਰੋਂ ਇਧਰ ਕੋਈ ਬਾਰਡਰ ਕ੍ਰੋਸ ਕਰਕੇ ਆਉਂਦਾ ਵਾ ਤੇ ਉਹਨਾਂ ਨੂੰ ਇਹ ਆਪੇ ਨਿਕਲਦੀ ਆ ਇੱਥੇ, ਆਪੇ ਇੱਕ ਥਾਂ ਤੇ ਆਪੇ ਨਿਕਲਦੀ ਆ। ਆਜੋ ਜਾਣਾ ਦਿੰਦੇ, ਆਜੋ ਜ਼ੋਨ ਚ ਚੱਲਦੇ ਇਹਦੇ ਤੇ, ਆਜੋ Watch out. ਆਜੋ ਜੀ ਠੀਕ ਆ ਅਨਮੋਲ ਜੀ। ਹੁਣ ਜੀ ਕੈਨੇਡਾ ਸਰਕਾਰ ਦਾ ਤੇ ਅਮਰੀਕਾ ਸਰਕਾਰ ਦਾ ਸਮਝੌਤਾ ਹੋਇਆ ਹੋਇਆ ਵਾ ਵੀ ਜੇ ਕੋਈ ਇੱਥੇ ਆਉਂਦਾ ਵਾ ਨਾ ਤੇ ਉਹਨਾਂ ਨੂੰ ਇੰਡੀਆ ਮੋੜ ਦੇਣਾ। ਸਰਪਟ ਸਾਹਿਬ ਤਾਂ ਇਹ ਤਾਂ ਜੇ ਆਪਣਾ ਇੱਥੇ ਕੋਈ ਵਧੀਆ ਵਕੀਲ ਹੋਵੇ ਨਾ ਜੀ, ਵਕੀਲ ਨੂੰ ਪੁੱਛ ਕੇ ਦਵਾ ਸਕਦਾ, ਵਰਕ ਪਰਮਿਟ ਦਵਾ ਸਕਦਾ ਵਾ ਜੀ। ਮੈਂ ਦੇ ਦੂੰਗਾ, ਹਾਂ ਉਹ ਤਾਂ ਮੈਂ ਦੇ ਦੂੰਗਾ, ਲੇਕਿਨ ਉਹ ਨਾ ਸਾਰੇ ਜਾਨਕੀ ਵੀ ਕਰ ਰਹੇ ਨੇ ਯਾਰ, ਉਹ ਜਿਹੜੇ ਵਕੀਲ ਕੋ ਕਰ ਰਹੇ ਨੇ ਮੈਂ ਕੱਲ ਕਰਕੇ ਕਰ ਦਿੰਦਾ, ਕੋਈ ਗੱਲ ਨਹੀਂ, ਆਪਣਾ ਫਾਇਦਾ ਹੋਣਾ ਚਾਹੀਦਾ, ਮੈਂ ਦੱਸ ਦਿੰਦਾ। ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ, ਮੈਨੂੰ ਦੋ ਇੱਕ ਦੋ ਹੁਣ ਅੱਗੇ ਉਹ ਜਿਹੜੀ LMI ਹੈ ਨਾ ਜੀ, ਜਿਹੜਾ ਵਰਕ ਪਰਮਿਟ ਹੁੰਦਾ ਹੁੰਦਾ ਉਹ ਫ੍ਰੀ ਆ। ਇੱਥੇ ਆਇਓ ਜੇ ਉਹ ਉੱਡੀ ਗਈ ਯਾਰ, ਵੇਲ ਕੈਂਸਲ ਹੋ ਗਈ, ਹੁਣ ਉਹ ਪਰਲੇ ਪਾਸੇ ਬਣੂਗੀ ਸ਼ਾਇਦ। ਉਹ ਜਿਹੜਾ ਵਰਕ ਪਰਮਿਟ ਹੁੰਦਾ ਉਹ ਹੁੰਦਾ ਫ੍ਰੀ ਆ, ਉਹਦਾ ਕੋਈ ਕਾਸਟ ਨਹੀਂ ਹੁੰਦੀ ਗੀ। ਤੇ ਪਰ ਵੀ ਉਹਦੇ ਇਹ ਪੈਸੇ ਲੈਂਦੇ ਆ ਉਹ, ਚਲੋ ਲੈਣ ਠੀਕ ਆ। ਉਹ $40,000 ਕਈ ਜਾਣੇ ਮੰਗੀ ਜਾਂਦੇ ਆ, ਉਹ $40 ਵੀ ਦੇਣਾ ਕੋਈ ਫਾਇਦੇ ਦਾ ਸੌਦਾ ਨਹੀਂ ਹੈਗਾ ਗਾ। ਇੰਨੇ ਪੈਸੇ ਹੈ ਨਾ, ਹਾਂ ਹਾਂ $40, 20-30 ਲੱਖ ਰੁਪਏ ਗਿਆ ਕੁਝ ਵੀ ਹੈ। ਹਾਂਜੀ ਉਹ ਨੀ, ਇੰਨੇ ਦੇਣ ਦਾ ਨੀ ਕੋਈ ਫਾਇਦਾ ਹੈਗਾ ਗਾ। ਜੇ ਵੀ ਹਾਂ, ਜਿਹੜੇ ਬੰਦੇ ਜਾਣਦੇ ਆ ਕੋਈ ਜਾਣ ਪਛਾਣ ਵਾਲੇ ਉਹ ਫ੍ਰੀ ਵੀ ਦੇਈ ਜਾਂਦੇ ਆ, ਕਰਦੇ ਆ ਬਥੇਰੇ ਲੋਕ ਇੱਥੇ, ਕਈ ਕੁਝ ਕਰੀ ਜਾਂਦੇ ਆ। ਪਰ ਵੀ ਕਈ ਹੈਗੇ ਜਿਹੜੇ ਬਹੁਤ ਜ਼ਿਆਦਾ ਪੈਸੇ ਵੀ ਲਈ ਜਾਂਦੇ ਆ। ਫਿਰ ਇੱਦਾਂ ਵੀ ਜੇ ਆਪਾਂ ਲੈ ਵੀ ਲਈਏ ਇੱਕ ਥਾਂ ਤੇ, ਚਲੋ ਮੰਨ ਲਓ ਵੀ ਆਪਾਂ ਉਹ ਚੀਜ਼ ਕਰ ਵੀ ਲੈਂਦੇ ਆ, ਪਰ ਫਿਰ ਪੰਗਾ ਇਹ ਆ ਵੀ ਬਾਅਦ ਚੋਂ ਉਹ ਬੰਦਾ ਕੰਮ ਨਹੀਂ ਦਿੰਦਾ ਗਾ।
ਉਹ ਜਿਹੜਾ ਵਰਕ ਪਰਮਿਟ ਹੁੰਦਾ ਉਹ ਕਲੋਜ਼ ਵਰਕ ਪਰਮਿਟ ਚ ਗਿਣਿਆ ਜਾਂਦਾ ਵਾ। ਆ ਬਾਹਰ ਆ ਜਾਓ ਜੱਟ ਕੋ ਗੱਡੀ, ਉਹ ਕਲੋਜ਼ ਵਰਕ ਪਰਮਿਟ ਦਾ ਮਤਲਬ ਆ ਵੀ ਆਪਾਂ ਨੂੰ ਜਿਹੜੇ ਬੰਦੇ ਨੇ ਵਰਕ ਪਰਮਿਟ ਦਿੱਤਾ ਆਪਾਂ ਉਹਦੇ ਤੇ ਥੱਲੇ ਕੰਮ ਕਰ ਸਕਦੇ ਹਾਂ ਬਸ। ਤੇ ਫਿਰ ਉਹ ਬੰਦਾ ਪੈਸੇ ਲੈ ਲੈਂਦਾ ਆਪਣੇ ਤੋਂ, ਹਨਾ ਉਹਨੇ 20-25 ਹਜ਼ਾਰ ਡਾਲਰ ਲੈ ਲੈਣਾ ਵਾ ਵੀ ਮੈਂ ਤੁਹਾਨੂੰ ਵਰਕ ਪਰਮਿਟ ਦੇਣਾ ਵਾ, ਤੇ ਉਹਨੇ ਬਾਅਦ ਚ ਕੰਮ ਨੀ ਦੇਣਾ। ਉਹ ਫਿਰ ਗੱਲ ਆਪਣੀ ਉੱਥੇ ਦੀ ਉੱਥੇ ਰਹੇਗੀ ਵੀ ਏਦਾਂ ਵਾ। ਆਪਾਂ ਨੂੰ ਬੰਦਾ ਉਹ ਬੰਦਾ ਕੋਈ ਉਹ ਚਾਹੀਦਾ ਵਾ ਵੀ ਜਿਹੜਾ ਟਰੱਸਟਵਾਦੀ ਹੋਵੇ, ਜਿੱਦਾਂ ਕਿਸੇ ਦੀ ਆਪਦੀ ਕੋਈ ਕੰਪਨੀ ਹੋਵੇ, ਆਪਦਾ ਕੋਈ ਕੰਮ ਹੋਵੇ, ਹਨਾ। ਉਹ ਵਰਕ ਪਰਮਿਟ ਦੇ ਦੇ, ਪੈਸੇ ਲੈ ਲੈ ਪਰ ਥੋੜੇ ਲੈ ਲੈ ਜਿੰਨੇ ਕੁ ਜਾਇਜ਼ ਜਾਇਜ਼ ਬਣਦੇ ਆ, ਤੇ ਨਾਲ ਦੇ ਦੇ ਕੰਮ। ਇੱਕ ਮੁੰਡਾ ਮੁਸਲਮਾਨਾਂ ਦਾ ਵਕੀਲ ਮੇਰਾ ਜੂਨੀਅਰ ਦੀ ਯਾਰ, ਉਹਨੂੰ ਵੀ ਮੈਂ ਤੈਨੂੰ ਕੱਲ ਨੂੰ ਟਕਰਾ ਦੇਣਾ, ਲੇਕਿਨ ਉਹ ਮੁਸਲਮਾਨ ਜ਼ਿਆਦਾ ਕਹਿਣਾ ਨੀ ਚਾਹੀਦਾ, ਉਹ ਵਿਸ਼ਵਾਸਵਾਦੀ ਨਹੀਂ ਹੁੰਦੇ ਯਾਰ। ਉਹੀ ਚੱਕਰ ਆ ਨਾ ਜੀ ਵੀ ਵਿਸ਼ਵਾਸ ਇਹਦਾ ਆਪਾਂ ਕਿਸੇ ਵੀ ਕਿਸੇ ਤੇ ਵੀ ਆ ਇਹ ਉਹਨੂੰ ਵੀ ਮੈਂ ਕਹਿ ਦੇਣਾ ਕੱਲ ਨੂੰ ਤੈਨੂੰ ਨੰਬਰ ਦੇ ਦੂਗਾ, ਤੂੰ ਗੱਲ ਕਰ ਲਈ, ਕਈ ਵਾਰ ਲੋਟ ਆ ਜਾਂਦਾ ਆੜੀ ਆਪਣਾ, ਉਹ ਵੀ ਜੂਨੀਅਰ ਜੀ ਆਪਣਾ। ਇਦਾਂ ਵਾ ਵੀ ਉਹ ਕੰਮ ਇਹੀ ਕਰਦਾ, ਇੱਥੇ ਇਦਾਂ ਹੀ ਦੇਣ ਦੀ ਕੰਮ ਕਰਦਾ ਉਹ। ਹਾਂਜੀ ਉਹ ਸਾਰੇ ਤੇ ਬੰਦਾ ਰੀਅਲ ਹੀ ਬੰਦਾ ਰੀਅਲ ਹੀ ਮੋੜੋ ਉਹ ਪਰਲੇ ਪਾਸੇ ਉਹਦਾ ਲੇਕਿਨ ਗੱਲ ਕਿਸੇ ਦੀ ਜ਼ਿੰਮੇਵਾਰੀ ਦੇਣੀ ਨਾ ਲੈਮਾਈ ਦੇ ਕੰਮ ਆਉਂਦਾ ਮੇਨ। ਹਾਂਜੀ ਹਾਂਜੀ ਵੀ ਚਲੋ ਤੁਹਾਨੂੰ ਦੱਸਿਆ ਵੀ LMI ਵੀ ਇੱਕ ਗੱਲ ਹੈਗੀ ਆ, ਪਰ ਜੇ ਆਪਾਂ 20-25 ਲੱਖ ਲਾ ਕੇ ਵੀ ਵਿਹਲੇ ਬਹਿਣਾ ਵਾ ਉਹ ਚੀਜ਼ ਜ਼ਿਆਦਾ ਔਖੀ ਆ ਬਾਅਦ ਚੋਂ ਵੀ ਜੇ ਅਗਲਾ ਬੰਦਾ ਕੰਮ ਨਾ ਦੇਊਗਾ। ਜਿੰਨਾ ਤੈਨੂੰ ਫਾਇਦਾ ਹੁੰਦਾ ਇੰਨਾ ਕਦਾ ਕਰ ਦੂਗਾ ਆਪਣੇ ਗਏ ਤੇ। ਹਾਂਜੀ ਵੀ ਉਹ ਬੰਦਾ ਉਹ ਦੋ ਬੰਦੇ ਜੱਟ ਨਾ ਆਜੋ ਛੇਤੀ ਮੜੇ ਮੈਂ ਥੱਲੇ ਪਏ ਆ। ਅਨਮੋਲ ਬਚ ਗਿਆ, ਅਨਮੋਲ ਬਚ ਗਿਆ ਤੂੰ। ਇੱਕ ਬੰਦਾ ਹੋਰ ਆ ਜੀ ਕਲੀਅਰ ਹੋ ਗਏ ਹੁਣ ਜੀ, ਹੁਣ ਲੱਗਦਾ ਹੋ ਗਿਆ ਸਾਰੇ। ਆਉਣੇ ਆੜੇ ਆਲਣੇ ਆਲੇ ਨੇ ਬਈ ਇਹਨਾਂ ਕੋ। ਹਾਂਜੀ ਮੈਨੂੰ ਵੀ ਮਿਲ ਗਿਆ ਮੱਛੀ, ਉਦਾਂ ਮੈਂ ਤਰਾ ਕਰ ਦੂੰਗਾ ਜਗਾੜ ਸਾਰਾ। ਐਕਸਟੈਂਡਰ ਚਾਹੀਦਾ ਜੀ ਯਾਰ, ਮੈਂ ਰੈਡੀ ਆ। ਹਾਂਜੀ ਹਾਂਜੀ ਵੀ ਜਿੱਦਾਂ ਐਡਵੋਕੇਟ ਸਾਹਿਬ ਕੋਈ ਸਾਂਝ ਵਾਲਾ ਬੰਦਾ ਹੋਵੇ, ਬੰਦਾ ਆਪਾਂ ਨੂੰ ਉਹ ਚਾਹੀਦਾ ਵੀ ਜਿਹੜਾ ਕੰਮ ਵੀ ਦਵੇ ਹਨਾ ਜੀ। ਫਿਰ ਏਦਾਂ ਵਾ ਵੀ ਜਿਹੜੇ ਵਰਕ ਪਰਮਿਟ ਆ ਉਹਨਾਂ ਚ PR ਵੀ ਲੱਗਦੀ ਆ ਹੁਣ ਵੀ ਸਕਿੱਲ ਵਾਲੇ ਦਿੰਦੇ ਆ। ਤੈਨੂੰ ਮੈਂ ਸਕਿੱਲ ਵਾਲੇ ਹੀ ਆ ਪਹਿਲਾਂ ਤੂੰ ਆਪਣਾ ਬਚਾਅ ਕਰੀ ਪੂਰਾ, ਠੀਕ ਹੈ ਜੀ ਗੱਲ। ਇੰਨੀ ਕਿ ਤਾਂ ਜੁਗਾੜੀ ਲੈ ਲੂਗਾ, ਮੇਰੇ ਪਿੰਡ ਦਾ ਹੀ ਆ ਮੁਸਲਮਾਨਾਂ ਦਾ ਮੁੰਡਾ, ਉਹ ਵਕੀਲ ਸੀ ਉਰੇ ਇਮੀਗ੍ਰੇਸ਼ਨ ਦਾ ਕੰਮ ਕਰਦਾ ਜੀ। ਤੇ ਉਹਨੂੰ ਫਿਰ ਉੱਥੇ ਜਦ ਗਿਆ ਉਹ ਇਮੀਗ੍ਰੇਸ਼ਨ ਦਾ ਉਰੇ ਜਾਂ ਇੰਡੀਆ ਕੰਮ ਕਰਦਾ ਤੇ ਉਹਨੂੰ ਟੰਗ ਆ ਗਿਆ। ਉਹ ਜਿਹੜੇ ਮਾਲਕ ਦੇ ਲੱਗਿਆ ਸੀ ਉਹਦੇ ਨਾਲ ਰਲ ਕੇ LMI ਦੇ ਕੰਮ ਕਰਨ ਲੱਗ ਗਿਆ। ਠੀਕ ਆ ਜੀ। ਤੇ ਇਮਰਾਨ ਖਾਨ ਉਹਦਾ ਨਾਮ, ਮੈਂ ਤੈਨੂੰ ਨੰਬਰ ਦੇ ਦੂੰਗਾ, ਤੂੰ ਪਹਿਲਾਂ ਗੱਲ ਕਰ ਲਈ। ਇੰਨਾ ਕਹਿੰਦਾ ਚੱਲ ਆਪਣਾ ਤੁਸੀਂ ਪਹਿਲਾਂ ਉਹਨੂੰ ਕਹਿ ਦਿਓ ਨਾ ਮੜਾ ਆ ਵੀ ਪਹਿਲਾਂ ਤੁਹਾਨੂੰ ਇਹਨੇ ਗੱਲ ਕਹਿਣੀ ਪੈਣੀ ਵੀ ਬੰਦਾ ਆਪਦਾ ਖਾਸ ਆ ਫੇ ਆ। ਉਹ ਤਾਂ ਮੈਂ ਕਹਿ ਦੂੰਗਾ, ਉਹਦਾ ਤਾਂ ਸਾਰੇ ਲਾਰੇ ਲਾਉਂਦੇ ਆ।
ਮੇਰੀ ਗੱਲ ਹਾਂਜੀ ਹਾਂਜੀ ਉਹ ਤਾਂ ਪੂਰੀ ਜਾਣਕਾਰੀ ਪਹਿਲਾਂ ਆਪਣੀ ਕਰੀ ਹਾਂਜੀ ਸਮਝ ਰਹੇ ਗੱਲ ਪੂਰੀ ਜਾਣਕਾਰੀ ਕਰੀ ਹਾਂਜੀ ਹਾਂਜੀ ਮੈਂ ਬੰਦਾ ਦੇ ਦੂੰ ਇੱਕ ਜ਼ਿੰਮੇਵਾਰੀ ਲੈਣੀ ਨਾ ਤਾਂ ਹੀ ਔਖੀ ਹੈ ਸਮਝ ਰਹੇ ਗੱਲ ਮੈਂ ਤਾਂ ਡਰਦਾ ਹਾਂ ਯਾਰ ਹਾਂਜੀ ਹਾਂਜੀ ਵੀ ਆਪਾਂ ਜਿਹੜਾ ਕੋਈ ਲੈਣਾ ਕਰਨਾ ਕਈ ਵਾਰ ਆ ਗੱਡੀ ਆ ਗਈ ਵੀ ਜ਼ਿੰਮੇਵਾਰੀ ਲੈਣੀ ਤਾਂ ਜਾਂਦੀ ਕਈ ਵਾਰ ਔਖੀ ਹੋ ਜਾਂਦੀ ਹੈ ਚੱਲ ਆ ਜਾਓ ਹਾਂਜੀ ਹਾਂਜੀ ਸਹੀ ਗੱਲ ਹੈ ਗੱਡੀ ਹਾਂ ਉਹ ਗੱਲ ਕਰਕੇ ਮੈਂ ਡਰਦਾ ਹਾਂ ਯਾਰ ਉਹ ਚਲੋ ਜੀ ਹਾਂਜੀ ਸਾਹਮਣੇ ਚਲੋ ਸਾਹਮਣੇ ਚਲੋ ਉਹਨੂੰ ਮੈਂ ਮੈਸੇਜ ਕਰ ਦੂੰਗਾ ਆ ਇੱਥੇ ਮੜਾ ਜਾ ਡੱਕ ਦਿਓ ਜੀ ਹਾਂਜੀ ਹਾਂਜੀ ਕਰ ਲਾਂਗੇ ਜੀ ਆਪਾਂ ਚੱਲੀਏ ਯਾਰ ਬਸ ਜੀ ਲੋਕ ਨਿੱਕੀਆਂ ਨਿੱਕੀਆਂ ਜਿਹੀਆਂ ਚੀਜ਼ਾਂ ਖਰੀਦ ਲਈਏ ਇੱਥੋਂ ਚਾਰ ਦਾ ਸਕੋਪ ਲੈ ਲਿਓ ਜਿਹਨੇ ਲੈਣਾ ਛੱਡਤਾ ਚਾਰ ਦਾ ਵੇਲ ਭਾਈ ਪੁੱਛ ਲੋ ਇਹਨਾਂ ਨੂੰ ਵੇਲ ਤਾਂ ਹੈਗੀ ਆ ਜਾਣਾ ਦੇਖ ਲੋ ਮਰਜ਼ੀ ਆ ਜਾਣਾ ਦੇਖ ਲੋ ਪਰ ਫਾਇਦੇ ਦਾ ਸੌਦਾ ਯਾਦ ਨਹੀਂ ਲੱਗਦਾ ਬਈ ਲਈ ਵੀ ਗਏ ਹੋਰ ਤਾਂ ਹੀ ਆ ਕੁੜੀ ਹੁਣ ਲੁੱਟੀ ਆ ਚੱਕਦੀ ਹੈ ਹਾਂ ਹਾਂ ਉਹ ਉਹ ਪੇਟੀ ਲੋਟਾ ਹੈ ਜਿਹੜੀ ਉਹ ਮਾਰਿਆ ਸੀ ਬੰਦਾ ਉਹ ਪੇਟੀ ਲੋਟਾ ਹੈ ਜੋ ਮਾਰਕਡ ਲੋਕੇਸ਼ਨ ਤੇਰੀ ਗੱਲ ਸਹੀ ਹੈ ਬਾਈ ਚੱਕਰ ਗੁਰੀ ਹੋਰ ਆ ਨਹੀਂ ਇੱਕ ਮਿੰਟ ਜੀ ਤੇਲ ਪਾਉਣਾ ਪਿਆ ਉਹ ਚੱਕਰ ਹੋਰ ਆ ਉਹ ਮੈਂ ਪੇਟੀ ਵੇਖ ਕੇ ਆਉਣਾ ਆਪਣੇ ਆਪਣੇ ਬੰਦਿਆਂ ਨੇ ਸਾਰਿਆਂ ਨੇ ਗੰਨਾ ਸਿਲੈਕਟ ਨਹੀਂ ਕੀਤੀਆਂ ਹੋਈਆਂ ਮੈਨੂੰ ਚੇਤਾ ਹੀ ਨਹੀਂ ਆਪਣੇ ਬੰਦਿਆਂ ਨੂੰ ਗੰਨਾ ਸਿਲੈਕਟ ਨਹੀਂ ਕੀਤੀਆਂ ਹੋਈਆਂ ਗੀਆਂ ਵੀ ਆਹੀ ਆਹੀ ਚਲਾਉਣੀ ਆਹੀ ਚਲਾਉਣੀ ਆ ਆਪਣੇ ਬੰਦੇ ਕਹਿੰਦੇ ਆ ਵੀ ਚੱਲ M416 ਸੁੱਟ ਦੇ ਕੇ ਆਮ ਚਲਾ ਲੈਂਦੇ ਹਾਂ ਇਹ ਕੇ ਆਮ ਉਹ ਸੁੱਟ ਦੇ ਉਹ ਦੂਜੀ ਚਲਾ ਲੈਂਦੇ ਹਾਂ ਜੇ ਕੋਈ ਡਰੋਪ ਵਾਲੀ ਮਿਲ ਗਈ ਉਹ ਲੈ ਲੈਂਦੇ ਹਾਂ ਜਿਹੜੇ ਯੂਟਿਊਬਰ ਹੁੰਦੇ ਆ ਉਹਨਾਂ ਨੇ ਗੰਨਾ ਸਿਲੈਕਟ ਕੀਤੀਆਂ ਹੁੰਦੀਆਂ ਵੀ ਆਹ ਆਹੀ ਚਲਾਉਣੀਆਂ ਵਾ ਉਹਦਾ ਹੀ ਉਹ ਲੈਂਦੇ ਨੇ ਹਾਂਜੀ ਉਹ ਇੱਕੋ ਵਾਰ ਚੁੱਕਦੇ ਆ ਫਿਰ ਉਹ ਗੋਲੀਆਂ ਹੀ ਚੱਕਣੀਆਂ ਹੁੰਦੀਆਂ ਉਹ ਨਾਲ ਲੈ ਲੈਂਦੇ ਮੇਰੀ ਤੇ ਡੀਪੀ ਆ ਡੀਪੀ ਮੈਂ ਕੀਤੀ ਸਿਲੈਕਟ ਡੀਪੀ ਮੇਰੇ ਕੋਲ ਹਾਂ ਕਰ ਦੇ ਲੈਗ ਹੋ ਗਈ ਬਾਈ ਬਾਈ ਲੈਗ ਹੋ ਗਈ ਉਹਦੇ ਬੰਦੇ ਨੇ ਹਾਂਜੀ ਹਾਂਜੀ ਜਾਣ ਦੋ ਕੋਈ ਚੱਕਰ ਨਹੀਂ ਦੇਖਿਓ ਹੈਗੇ ਨੇ ਮੜਾ ਦੇਖ ਤਾਂ ਲਓ ਮੈਨੂੰ
ਮੈਨੂੰ ਲੱਗੇ ਨੇ ਜੀ ਬੰਦੇ ਦੇਖੋ ਦਾ ਜੀ ਨਿਕਲ ਗਏ ਫਿਰ ਨਿਕਲ ਗਏ ਰਹਿਣ ਦੋ ਕਲੀਅਰ ਆ ਬਾ ਖਤਮ ਨੇ ਚਲੋ ਹਾਂ ਮੈਂ ਗੁਰੀ ਨੂੰ ਦੇ ਦਿਆ ਦਿਉ ਕਵਰ ਚਲੋ ਆਪਣੀ ਗੱਡੀ ਚੱਕਦੇ ਆ ਇਹ ਨਾ ਚੱਕਿਓ ਲੰਬੂ ਜੀ ਜਲਦੀ ਆਇਆ ਕਰੋ ਆਪਣਾ ਡਰਾਈਵਰ ਮਗਰ ਰਹਿ ਗਿਆ ਓ ਬੱਗੀ 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 ਆ ਗਈ ਆ ਯਾਰ ਲਾ ਲੋ ਪਿੱਛੇ ਸਾਲੇ ਕਿਹਨੂੰ ਦੇਣ ਲੱਗੇ ਨੇ ਨਹੀਂ ਬੱਗੀ ਵਾਲੇ ਕੋਲ ਕਰ ਲੱਗੇ ਨੇ ਆ ਜਾ ਦੋ ਨਾ ਰੀਕੋਲ ਤਾਂ ਗਿਆ ਜੀ ਓ ਯਾਰ ਰੀਕੋਲ ਤਾਂ ਹੈ ਨਹੀਂ ਵੀਰੇ ਓ ਬੈਠੋ ਚਲੋ ਜੀ ਚਲੋ ਓ ਦੂਆ ਹੈ ਓ ਨਾ ਗੁਰੀ ਗੁਰੀ ਆਪਣੀ ਗੱਡੀ ਪਾੜ ਗਈ ਲੈ ਆ ਵੇਖ ਯਾਰ ਗੰਦ ਫਿਰ ਆ ਗੱਲਾਂ ਤੋਂ ਗੁੱਸਾ ਚੜਦਾ ਰਿਵਾਈਵ ਨੂੰ ਕੀ ਦੇਣਾ ਯਾਰ ਓ ਯਾਰ ਗੁਰੀ ਹੁਣ ਜੋਨ ਚ ਜਾਣਾ ਸੀ ਹੁਣ ਜੋਨ ਜਾਣ ਲਈ ਫਿਰ ਗੱਡੀ ਲੱਭਦੇ ਫਿਰ ਓ ਵੇਲ ਤੇ ਚਲ ਜਾਓ ਇਹ ਪਾੜ ਜਾਣੀ ਹੁਣ ਦੋ ਗੋਲੀਆਂ ਪੈਣੀਆਂ ਨਹੀਂ ਨਹੀਂ ਹੈਗੀ ਹੈ ਜੀ ਕਾਜੀ ਪਾਵਰ ਖਾਦੀ ਤੁਸੀਂ ਬੈਠੋ ਆ ਤੇਰਾ ਸਤਾ ਦੀ ਨਹੀਂ ਮੰਨਿਆ ਮੈਂ ਤਾਂ ਗਿਆ ਯਾਰ ਜੱਟ ਤੇਰੇ ਪੈ ਜਣੀ ਹੈ ਭਰਾ ਮੇਰਿਆ ਦੇਖੀ ਜੱਟ ਦੇਖੀ ਦੇਖੀ ਜੱਟ ਦੇਖੀ ਜੱਟ ਸਾਹਿਬ ਬਹਿ ਜਾਓ ਜੱਟ ਸਾਹਿਬ ਜੇ ਕਿਤੇ ਬੰਦਾ ਦਿਖ ਜਾਂਦਾ ਆਪਾਂ ਨੂੰ ਰਾਹ ਚ ਬਣਾਇਆ ਜਾਂ ਤਿੰਬੜ ਕੁੱਟਦਾ ਹੁਣ ਗੱਡੀ ਦੇ 50 ਗੋਲੀ ਆਰ ਪਾਰ ਕਰਤੀ ਹੁੰਦੀ ਤੇ ਭੈਣ ਚੋਦ ਸਾਲਾ ਐਂਡਲੀ ਗੋਲੀ ਤੇ ਕਿੱਲ ਮਿਲਿਆ ਬਾਈ ਹਾਂ ਬਾਈ ਬਾਈ ਬੰਦੇ ਐਂਡ ਕੀ ਓਪਨ ਚ ਨਾ ਡੱਕੇ ਹੋ ਜੇ ਓਪਨ ਚ ਨਾ ਡੱਕੇ ਹੋ ਜੇ ਠੀਕ ਹੈ ਜੀ ਵਧੀਆ ਖੇਡੋ ਚਿਕਨ ਕਰ ਸਕਦੇ ਆਪਾਂ ਆ ਬੰਦੇ ਬੰਦੇ ਆ ਦੇਖੋ ਦਾ ਨਹੀਂ ਨਹੀਂ ਗੱਡੀ ਖਲਾਰ ਕੇ ਗਏ ਉਧਰ ਗੱਡੀਆਂ ਖਲਾਰ ਕੇ ਗਏ ਹੋਏ ਘਾ ਚਲੋ ਮੈਂ ਪੈ ਹੁਣੇ ਜਾਣਾ ਤੇ ਕਿੱਥੇ ਸੀ ਇਹਨਾਂ ਨੇ ਲੈਗ ਹੋ ਗਈ ਗੇਮ ਲੈਗ ਬਹੁਤ ਹੋਈ ਬੰਦੇ ਹੋਣਗੇ ਦੇਖੋ ਦਾ ਆ ਉਰੇ ਆ ਉਰੇ ਰੁਕਣ ਦੱਸੋ ਇਹ ਨੀਵੀਂ ਥਾਂ ਜੀ ਇੱਥੇ ਫਾਈਟ ਨਹੀਂ ਲੈ ਹੋਣੀ ਬਾਅਦ ਚੋਂ ਮਾਰਕ ਦ ਲੋਕੇਸ਼ਨ ਹੋਰ ਕਿੱਥੋਂ ਰੁਕੋਗੇ ਯਾਰ ਪਹਾੜੀ ਤੇ ਚੜਾ ਦੋ ਫਿਰ ਦੇਖੀ ਜਾਊਗੀ ਪਰ ਪਹਾੜੀ ਤੇ ਬੰਦੇ ਹੋਣਗੇ ਖੁੱਲੀ ਹੈ ਖੁੱਲੀ ਹੈ ਯਾਰ ਪਹਾੜੀ ਓ ਹੋ 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 ਗੱਡੀ ਚੱਕਣੀ ਹੈ ਚੱਕ ਲੋ ਚੱਕੋ ਚੱਕੋ ਬੰਦੇ ਲੱਭ ਲਓ ਮੈਂ ਤਾਂ ਐ ਕਹਿੰਦਾ ਤੁਹਾਨੂੰ Watch out. ਉਰੇ ਕੀ ਹੈ? ਵੇਟ ਕਰ ਲਓ। ਵੇਟ ਕਰ ਲਓ 2 ਮਿੰਟ। ਓ ਗੱਡੀ ਆ ਗਈ। ਓ ਦੇ। ਦੇਖੋ ਕਿਤੇ ਉਹ 4 ਜਾਣੇ ਨਾ ਹੋਣ। ਓ 4 ਜਾਣੇ ਨਾ ਹੋਣ।
ਰੋਕੇ ਹੋਣਾ ਹੁਣ ਹੁਣ ਪਹਾੜੀ ਤੇ ਡੱਕ ਦੋ, ਇੱਥੇ ਡੱਕ ਦੋ ਹੁਣ ਤਾਂ। ਇੱਥੇ ਵੀ ਆ ਕੁਝ ਬੰਦੇ ਸਾਹਮਣੇ, ਉਹ ਲੈ ਸਾਹਮਣੇ ਉਹ ਪੈ ਗਈਆਂ। ਉਹ ਭਾਜੋ ਉਹ ਗੱਡੀ ਚ ਆ ਜਾਓ ਭੈਣ ਚੋਦ। ਕੀ ਆ ਯਾਰ ਸਾਲੀ ਲੱਸੀ ਹੋ ਗਈ। ਮੈਂ ਤਾਂ ਉੱਥੇ ਤੁਸੀਂ ਗਏ ਯਾਰ, ਗੋਲੀ ਨੀ ਮਾਰੀ ਉਹਦੇ ਯਾਰ ਬੰਦੇ ਦੇ। ਗੋਲੀ ਬਹੁਤ ਚਲਾਈ ਜੀ। ਕੋਚ ਪਿੱਛੇ ਵਾਲੇ ਦੇਖ ਗੁਰੀ ਦੇਖ ਦਵਾਂਗੇ ਜੇ ਉਹਨਾਂ ਦੇਣ ਜੋਗਾ ਛੱਡਿਆ। ਬਣ ਜਾ ਤਾਈ ਬਣ ਜਾ। ਜੱਟ ਵੀ ਗਿਆ। ਥੈਂਕ ਯੂ। ਵਾਚ ਆਊਟ। ਖੜ ਜਾ ਸਾਹਮਣੇ ਬੰਦੇ ਆ, ਉਹ ਘਰਾਂ ਦੇ ਛੱਤ ਦੇ ਬੰਦੇ ਆ, ਇੱਧਰ ਪਹਾੜੀ ਤੇ ਬੰਦੇ ਆ। ਚੱਲ ਚੱਲੀਏ ਕੰਡੇ ਤੇ, ਦੱਸ ਕਿਹੜੇ ਕੰਡੇ ਤੇ ਜਾਣਾ।